ਫਿਰੋਜ਼ਪੁਰ 'ਚ ਪੇਸ਼ੇ ਭੁਗਤਣਾ ਇੱਕ ਕੈਦੀ ਨੂੰ ਉਸਦੇ ਸਾਥੀਆਂ ਵੱਲੋਂ ਪਿਸਤੌਲ ਦੀ ਨੋਕ ਤੇ ਛੁਡਵਾਉਣ ਦਾ ਮਾਮਲਾ ਸਾਹਮਣੇ ਆਇਆ। ਪੇਸ਼ੇ ਭੁਗਤਣਾ ਮੁਲਜ਼ਮ ਦੇ ਦੋਸਤਾਂ ਨੇ ਪੁਲਿਸ ਤੇ ਅੰਨੇਵਾਹ ਫਾਇਰਿੰਗ ਕੀਤੀ ਅਤੇ ਆਪਣੇ ਦੋਸਤ ਕੈਦੀ ਨੂੰ ਛੁਡਵਾ ਕੇ ਫਰਾਰ ਹੋ ਗਏ। ਫਾਇਰਿੰਗ ਦੌਰਾਨ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ 'ਚ ਜ਼ਖਮੀ ਵੀ ਹੋ ਗਿਆ। ਦੱਸ ਦਈਏ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ ਕੈਦੀ ਅਤੇ ਪੁਲਿਸ ਟੀਮ ਇੱਕ ਢਾਬੇ ਤੇ ਖਾਣਾ ਖਾਣ ਲਈ ਰੁਕੇ ਹੋਏ ਸਨ। ਅੱਜ ਅਸੀਂ ਹੋਸਪਿਟਲ ਆਏ ਹੈਗੇ, ਸਾਨੂੰ ਪਤਾ ਲੱਗਾ ਹੈ ਕਿ ਪਟਿਆਲੇ ਤੋਂ ਇੱਕ ਜਿਹੜਾ ਹੈਗਾ ਸੀ ਐਨ ਡੀ ਪੀ ਐਕਸ ਰਿਗਾਰਡਿੰਗ ਜਿਹੜਾ ਹੈਗਾ ਸੀ ਮੁਲਜ਼ਮ ਹਰਭਜਨ ਸਿੰਘ ਉਹਨੂੰ ਲੈ ਕੇ ਆਏ ਸੀ। ਬਾਅਦ ਦੇ ਵਿੱਚ ਜਦੋਂ ਇੱਥੋਂ ਹੋ ਕੇ ਗਏ ਨੇ ਕਰੀਬ 5:15 ਵਜੇ ਇੱਥੋਂ ਗਏ ਨੇ ਅਤੇ ਕਰੀਬ ਜਾ ਕੇ ਇਹ ਉੱਥੇ ਉਤਰੇ ਨੇ ਘਰ ਖੁਦ ਖਾਣਾ ਖਾਣ ਵਾਸਤੇ ਅਤੇ ਖਾਣਾ ਖਾਣ ਤੋਂ ਬਾਅਦ ਉੱਥੇ 3 ਜਣੇ 2 ਮੋਟਰਸਾਈਕਲਾਂ 'ਤੇ ਆਏ ਔਰ ਹਰਭਜਨ ਸਿੰਘ ਨੂੰ ਛੁਡਾ ਕੇ ਲੈ ਗਏ ਨੇ। ਇੱਕ ਮੁਲਾਜ਼ਮ ਦੇ ਜਿਹੜੇ ਉਹ ਪੈਕ ਕਰਕੇ ਗਏ ਨੇ ਜੋ ਉਹਦੇ ਆਪਣੇ ਪੱਟ ਦੇ ਵਿੱਚ ਗੋਲੀ ਲੱਗੀ। ਇਹ ਨਾਭਾ ਜੇਲ੍ਹ ਚੋਂ ਲੈ ਕੇ ਆਏ ਸੀ ਜੀ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ, ਪੰਜਾਬੀ ਲੋਕ ਚੈਨਲ।